ਲੜੀਆਂ ਨੇ ਬਾਈ ਇੱਕ ਬੈਸਟ ਨੈਟਮੈਨ ਨੂੰ ਇੱਕ ਸੂਟਰ ਨੂੰ ਤੇ ਕਰੇਲਾ ਕਰੇਲਾ ਹੀ ਹੁੰਦਾ ਹੈ ਆ ਬੰਬ ਤੇ ਕੇਲਾ ਕੇਲਾ ਕਾਪਾ ਕਾਪਾ ਤੇ ਵੇਲਾ ਵੇਲਾ ਰੁਪਈਆ ਰੁਪਈਆ ਤੇ ਢੇਲਾ ਢੇਲਾ ਹਾਂਜੀ ਸਰ ਪੂਰੀ ਬੱਲੇ ਬੱਲੇ ਗੁਰੂ ਗੁਰੂ ਤੇ ਚੇਲਾ ਚੇਲਾ ਤੇ ਗਗਨ ਨੂੰ ਖੁਸ਼ੀ ਹੈ ਕਿ ਟੀਮ ਫਾਈਨਲ ਦੇ ਵਿੱਚ ਪੁੱਜ ਗਈ ਹੈ ਇੱਕ ਵੱਡੇ ਇਨਾਮ ਤੇ ਬੋਰ ਲੱਗਣੀ ਹੈ ਪਰ ਦੇਖੋ ਸਾਹਮਣੇ ਇੱਕ ਟੀਮ ਨੇ ਇਧਰੋਂ ਜਿੱਤਣਾ ਤੇ ਫੇਰ ਕਹਿੰਦੇ ਫਾਈਨਲ ਦੇ ਪਟਾਕੇ ਭੈਣੇ ਹੈ ਉਹ ਰਾਤਾਂ ਢਲਣ ਤੇ ਆਈਆਂ ਕਿਹਨੇ ਲੈਣੀਆਂ ਵਧਾਈਆਂ ਮੈਚ ਫਾਈਨਲ ਖੇਡਣ ਲਈ ਟੀਮਾਂ ਕਰਨ ਚੜਾਈਆਂ ਕਹਿਣ ਟੀਮਾਂ ਦੇ ਪਲੇਅਰ ਹੁਣ ਲਾਉਣੀ ਨਹੀਂ ਉਹ ਦੇਰ ਉਹ ਜਿੱਤ ਵਾਲੇ ਝੰਡੇ ਦੇ ਨੇ ਗੱਦ ਮਿੱਤਰਾ ਤੇ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾ ਉਹ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾ ਬਾਕੀ ਕਹਿੰਦੇ ਕੰਮ ਸਾਡੇ ਪ੍ਰਬੰਧਕ ਵੀਰਾਂ ਨੇ ਵੀ ਕਾਫੀ ਦਿਨਾਂ ਤੋਂ ਛੱਡੇ ਹੋਏ ਹੈ ਤੇ ਅੱਜ ਦਰਸ਼ਕ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ ਦਿਲ ਦੀਆਂ ਕਹਿਣ ਜਦੋਂ ਧੰਨਵਾਦ ਸਮੁੱਚੀ ਸੰਗਤ ਦਾ ਦੇਖੋ ਸਾਹਮਣੇ ਦੂਜਾ ਸੈਮੀ ਫਾਈਨਲ ਹੈ ਤੇ ਜਿੱਤਣ ਵਾਲੀ ਟੀਮ ਦੇ ਮੂਰੇ ਟੀਮ ਹੈ ਚੈਣੇਵਾਲ ਦੀ ਵੀਰੇ ਚੈਣੇਵਾਲ ਦੀ ਗਿੰਨੀ ਖੇਡਦਾ ਲਾਲਿਆਣੀ ਵਾਲਾ ਬਾਈ ਦੂਜੇ ਪਾਸੇ ਟੀਮ ਹੈ ਜੋਧਪੁਰ ਦੀ ਪਰਸੀ ਖੇਡਦਾ ਨਾਗਰ ਵਾਲਾ ਜੋਧਪੁਰ ਦੀ ਟੀਮ ਕਰ ਸਕਦੇ ਹੈ ਗੁਰਜੀਤ ਮੁੰਡਾ ਮਹਾਰਾਜ ਦੇ ਟੂਰਨਾਮੈਂਟ ਤੋਂ ਜੂਸਰ ਜਿੱਤਿਆ ਲੈ ਵੀ ਹਰਪ੍ਰੀਤ ਓਏ ਹੋ ਤਕੜਾ ਹੈ ਇਧਰ ਸੱਤੇ ਨੇ ਕਹਿੰਦੇ ਹੱਥ ਤੇ ਹੱਥ ਮਾਰਿਆ ਕੋਚ ਦੇ ਕਿਉਂਕਿ ਖੁਸ਼ੀ ਹੈ ਨੰਬਰ ਇੱਕ ਵਾਰੀ ਦੱਸੀ ਕਾਸੂ ਬੇਗੂ ਕਿੰਨੇ ਕਿੰਨੇ ਹੋ ਗਏ ਚੱਲਦੇ ਮੈਚ ਦੇ ਪੰਜ ਚਾਰ ਬਾਈ ਲਓ ਪੰਜ ਤੇ ਚਾਰ ਖੁਸ਼ਬੀਰ ਔਲਖ ਦੀ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਦਿਲ ਦੀਆਂ ਕਹਿਣਾ ਜਦੋਂ ਧੰਨਵਾਦ ਵੱਡੀਆਂ ਤੇ ਉਲਟੀਆਂ ਅੱਜ ਦੇ ਟੂਰਨਾਮੈਂਟ ਦੇ ਲਈ ਕਿਵੇਂ ਵੀਰੇ ਕਿਵੇਂ ਪ੍ਰੀਤ ਸਮਝ ਨਹੀਂ ਆਈ ਵੀਰੇ ਕਿਵੇਂ ਗਰੁੱਪ 'ਚ ਲਿਖ ਕੇ ਫਸਟ ਦਾ ਕੀ ਦੱਸਿਆ ਕਰੀਏ ਵੀਰੇ ਪੈ ਪੇ 'ਤੇ ਪਾਉਣੇ ਹੁੰਦੇ ਵੀਰੇ ਰਿਜ਼ਲਟ ਆਪਾਂ ਵੀ ਫਸਟ ਕੌਣ ਆ ਸੈਕਿੰਡ ਕੌਣ ਆ ਥਰਡ ਫੋਰਥ ਕੌਣ ਆ ਬੈਸਟ ਕੌਣ ਆਪਾਂ ਸਾਰਾ ਕੁਛ ਪਾਉਣੇ ਆ ਅਪਡੇਟ ਵੀਰੇ ਦੂਜੇ ਦਿਨ ਰਿਜ਼ਲਟ ਸਾਰਾ ਪਾਈਦਾ ਪੇ 'ਤੇ ਵੀਰੇ ਨੰਬਰ ਜੋਧਪੁਰ ਦੀ ਲੀਡ ਆ ਵੀਰੇ ਕੀ ਸਕੋਰ ਆ ਸਿਮਰੇ 8-4 ਆ ਜੀ 8 ਜੋਧਪੁਰ 8 ਜੋਧਪੁਰ 4 ਚੈਣੇਵਾਲ ਕਿੰਨੇ ਹੋ ਗਏ ਨੰਬਰ ਕਸ਼ਮੀਰ 8-4 8-4 ਜੋਧਪੁਰੀਆਂ ਦੇ
ਤੇ ਚਾਰ ਵਾਰ ਜਿਹੜੇ ਖੇਡਦੇ ਮੈਦਾਨ ਚੋਂ ਚੈਨਲ ਦੀ ਟੀਮ ਦੇ ਆ ਹੈਲੋ ਬਾਈ ਜਗਦੀਸ਼ ਭੋਲਾ ਸਾਡਾ ਵੀਰ ਜਿੱਥੇ ਵੀ ਵਾਸ ਹੋ ਰਿਹਾ ਕਿਰਪਾ ਕਰਕੇ ਸਟੇਜ ਤੇ ਆ ਜਾਵੇ ਜਗਦੀਸ਼ ਭੋਲਾ ਜਗਰਾਜ ਭੋਲਾ ਖੰਗੂੜਾ ਉੱਧਰ ਜਗਰਾਜ ਖੰਗੂੜਾ ਸਾਡਾ ਵੀਰ ਗੋਦਵਾਲ ਦੇ ਵਿੱਚ ਬੈਠਾ ਲਾਈਵ ਮੈਚਾਂ ਦਾ ਆਨੰਦ ਮਾਣਦਾ 20 ਤਰੀਕ ਨੂੰ ਰੌਣਕਾਂ ਵੀ ਲੱਗਣਗੀਆਂ ਸਾਡੇ ਬਾਈ ਜਗਰਾਜ ਦੇ ਪਿੰਡ ਗੱਲਾਂ ਬਾਤਾਂ ਹੋਣਗੀਆਂ ਉਹ ਵੀ ਲਾਈਵ ਵਾਲੀਬਾਲ ਮੇਰੀ ਜਿੰਦ ਜਾਨ ਦੇ ਜ਼ਰੀਏ ਇਹਨਾਂ ਮੈਚਾਂ ਨੂੰ ਤੱਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਵੀਰ ਦਾ बहुत वधिया मुकाबला खेडा जा रहा है सैमीफाइनल मैच है इस तो बाद कहते फाइनल की टक्कर है सैमीफाइनल हारन वाली टीमों के पॉइंटा के आधार से फैसले हो गए दो गीजर है एक बैस्ट शूटर ते एक बैस्ट नैटमैन मेरे मित्रों खेडते मैदान के प्रबंधकों दिया दो दो अखा सब दित्तियां रब ने अखा कहते जौड़े भरावा वर्गिया जिहड़ा बाई बैठा है फैसले करना है नौ चार साइडा चेंज आई नौ चार नौ जोधपुर चार चैनल उधर बिट्टू कहता जे चैनल की टीम जितती है तो गजीत का सन्मान आप करांगे 500 रुपये के नाल साडा वीर चैनल वाली भी लाइव मैचों का आनंद माणदा पर साइडा जिहड़ियां चेंज है तो पॉइंट वाले दस भी इधर किन्ने किन्ने हो गए नौ ते पांच है आ मैच तो बाद भाई आप लाइव कट के करा 10-15 सेकंड के बीच बीच ही लाइव चल पैना है उस तो बाद आप फाइनल मैच भी दिखावे तो सैमी चो बेस्ट कौन होगा वह भी दसांगे भाई बेस्ट गीजर है भाई मिले ही नहीं सवेर का मह एरिए आए भाई मिले ही नहीं सवेर का हां हां वधिया ਐਂਡ ਕਹਿੰਦੇ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪ੍ਰਬੰਧਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਲਓ ਲਾਲੇ ਵਾਲੀ ਦਾ ਗਿੱਡੀ ਆ ਗਿਆ ਸੈਂਟਰ ਦੇ ਵਿੱਚ ਪਰ ਕੋਚ ਤੋਂ ਨੰਬਰ ਲੈਣਾ ਤੇ ਗਿੱਡੀ ਬੜਾ ਹੀ ਔਖਾ ਹੈ ਕੋਚ ਤੋਂ ਪੁਆਇੰਟ ਲੈਣਾ ਤੇ ਸੈਮੀ ਚੋਂ ਬੜੀ ਮਿਹਨਤ ਹੈ ਬੈਸਟ ਕੌਣ ਨਿਕਲੂ ਉਹ ਵੀ ਦੱਸਾਂਗੇ ਬਾਈ ਸ਼ਾਨਮਾ ਜਾਂ ਸ਼ਰੀਰ ਫਾਈਨਲ ਮੈਚ ਵੀ ਦਿਖਾਵਾਂਗੇ ਆ ਮੈਚ ਤੋਂ ਬਾਅਦ ਲਾਈਵ ਕੱਟ ਕੇ ਕਰਾਂਗੇ ਆਪਾਂ ਕਸਤੂਰੀ ਹੁੰਦੀ ਹੈ ਬੈਸਟ ਵੀ ਦੱਸਾਂਗੇ ਸੈਮੀ ਚੋਂ ਕੌਣ ਨਿਕਲੂ ਵੀਰੇ ਬੜੀ ਜ਼ਰੂਰੀ ਹੁੰਦੀ ਹੈ ਜਦੋਂ ਕੱਟਿਆਗਾ ਲਾਈਵ ਆਪਣਾ 10-15 ਸਕਿੰਟ ਬਾਅਦ ਹੀ ਚੱਲ ਪੈਣਾ ਬਾਈ ਤੁਹਾਡੇ ਆਪਣੇ ਪੇਜ ਤੇ ਦੁਬਾਰੇ ਫੇਰ ਬਣਿਓ ਵੈਲਕਮ ਹੋਊਗਾ ਵੀਰੇ ਜਿਹੜੇ ਭਰਾ ਦੇਖਦੇ ਹੋ ਸਾਰਿਆਂ ਦਾ ਧੰਨਵਾਦ ਕਿ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ ਨਹੀਂ ਹੁੰਦਾ ਉਹ ਕਿਉਂ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਤੇ ਟੌਰ ਕਿਸੇ ਦੀ ਵੇਖ ਵੇਖ ਕੇ ਖਿੱਚਦੇ ਨਹੀਂ ਹੁੰਦੇ ਉਹ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਖਿਆਲਾ ਕਲਾ ਪਿੰਡ ਹੈ ਹਰਮਨ ਦਾ ਜਿਹਨੇ ਰਾਣੀ ਤੱਤ ਕਿਤਾਬ ਲਿਖੀ ਜਿਹਨੇ ਕਹਿੰਦੇ ਲੌਂਗ ਲਾਂਚੀ ਫਿਲਮ 'ਚ ਗਾਣੇ ਲਿਖੇ ਤੇ ਜਿਹਦੀ ਕਿਤਾਬ ਨੇ 4 ਯੁਵਾ ਅਕਾਦਮੀ ਪੁਰਸਕਾਰ ਜਿੱਤੇ ਮੇਰੇ ਮਿੱਤਰੋ ਹਰਮਨ ਵੀ ਕਹਿੰਦੇ ਜਦੋਂ ਲਿਖਦਾ ਤੇ ਫਿਰ ਕਮਾਲ ਹੀ ਕਰਦਾ ਹੈ ਲੈ ਵੀ ਗਿੱਡੀ ਉਹ ਸੈਂਟਰ ਦੀ ਜ਼ਿੰਮੇਵਾਰੀ ਸਾਂਭੀ ਹੈ ਹੁਣ ਕੋਚ ਦਾ ਕੁਝ ਨਾ ਕੁਝ ਕਰਨਾ ਪੈਣਾ ਹੈ ਪਰ ਨਗਰੇ ਵਾਲਾ ਤੇ ਨਾਲ ਕਹਿੰਦੇ ਪਵਨ ਏਅਰ ਵਾਯੂ ਹਵਾ ਕਿੰਨੀ ਮਤਲਬ ਆਹ ਮੁੰਡੇ ਦੇ ਨਾਂ ਦੇ ਬਣਦੇ ਹੈ ਪੂਰੀ ਚੜ੍ਹਾਈ ਹੈ ਵਾਲੀਬਾਲ ਦੇ ਗਰਾਊਂਡਾਂ ਦੇ ਵਿੱਚ ਚਾਂਗਲੀ ਦਾ ਅਮਰਿੰਦਰ ਵੀ ਪੂਰਾ ਐਨ ਕਹਿੰਦੇ ਫਿੱਟ ਹੈ ਕੈਮਰੇ ਫੋਕਸ ਹੈ ਜਸਵਿੰਦਰ ਢਿੱਲੋਂ ਨੇ ਵੀ ਮੁੱਛਾਂ ਨੂੰ ਵੱਟ ਦੇ ਕਹਿੰਦੇ ਮੁੱਛਾਂ ਤੋਂ ਵੀ ਗੱਲ ਨਾਲ ਲਾ ਲਈਆਂ ਹੈ ਤਰਖਾਣ ਵਾਲੇ ਦਾ ਮੁੰਡਾ ਵੀ ਐਨ ਕਹਿੰਦੇ ਇਕੱਲੇ ਇਕੱਲੇ ਕਮੈਂਟ ਦਾ ਜਵਾਬ ਦੇਈ ਜਾਂਦਾ ਹੈ ਕਿ ਅੱਜ ਖਰਾਜ ਵਾਲੇ ਸਾਡੇ ਯਾਰਾਂ ਦੇ ਪਿੰਡ ਰੌਣਕਾਂ ਲੱਗੀਆਂ ਹੈ ਧੰਨਵਾਦ ਆਸਿਦ ਅੱਲਾ ਜੀ ਪਿੰਡ ਰੌਣਕਾਂ ਲੱਗੀਆਂ ਹੈ ਤੇ ਦੁਨੀਆ ਦੇ ਵੱਡੇ ਵੱਡੇ ਮੱਲ ਪਹੁੰਚੇ ਕਈ ਟੀਮਾਂ ਜਿੱਤ ਗਈਆਂ ਕਈ ਹਾਰ ਗਈਆਂ ਕਈ ਖੇਡ ਰਹੀਆਂ ਕਈ ਸਿੱਖ ਗਈਆਂ ਤੇ ਇੱਕ ਫਾਈਨਲ ਇਸ ਤੋਂ ਬਾਅਦ ਆਪਣੇ ਕੋਲੇ ਬਾਕੀ ਹੈ 1:41 ਦਾ ਸਮਾਂ ਮੈਂ ਨਹੀਂ ਇਹ ਘੜੀ ਦੀਆਂ ਸੂਈਆਂ ਦੱਸਦੀਆਂ ਹੈ 1:41 ਦਾ ਸਮਾਂ ਹੈ ਲਓ ਦੇਖੋ ਸਾਹਮਣੇ ਇੱਕ ਪਾਸੇ ਪੰਜਾਬ ਤੇ ਕੋਚ ਆ ਤੇ ਸੱਚੀ ਮੁੱਚੀ ਚੈੱਕ ਕਰਾਉਣ ਵਾਲਾ ਲੈਬੋਰਟਰੀ 'ਚ ਕੀ ਕਾਹਦਾ ਬਣਿਆ ਹੈ ਬੜਾ ਕਹਿੰਦੇ ਕਮਾਲ ਦਾ ਪਲੇਅਰ ਹੈ ਬੜਾ ਕਹਿੰਦੇ ਕਮਾਲ ਦਾ ਪਲੇਅਰ ਹੈ ਕੋਚ ਜੋਧਪੁਰ ਦੀ ਧਰਤੀ ਦਾ
ਨਾ ਵੀ ਬੜਾ ਸੋਚ ਸਮਝ ਕੇ ਕਿਸੇ ਨੇ ਤਾਂ ਕੋਚ ਨਾਲ ਰੱਖਿਆ ਹੈ, ਇਹ ਕਿਤੇ ਪਿੰਡ ਚੋਂ ਹੀ ਕਿਸੇ ਯਾਰ ਮਿੱਤਰ ਨੇ ਕੋਈ ਸ਼ਰਾਰਤ ਨਾਲ ਕਿਤੇ ਗਰੁੱਪ ਚ ਕਹਿਤਾ ਤੇ ਉੱਥੋਂ ਹੀ ਕਹਿੰਦੇ ਨਾਂ ਬਣ ਗਿਆ। ਤੇ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਕੋਚ ਕੋਚ ਕਰਵਾਤੀ ਮੁੰਡੇ ਨੇ ਆਪਣੀ ਮਿਹਨਤ ਤੇ ਮਸ਼ਕਤ ਦੇ ਨਾਲ। ਇਧਰ ਨਾਗਰੇ ਵਾਲਾ ਵੀ ਦਿਮਾਗੀ ਹੈ, ਸੈਂਟਰ ਚ ਮਿਲ ਖੜਾ ਹੈ, 1 ਲੱਖ ਵਾਲਾ ਕਹਿੰਦੇ ਟੂਰਨਾਮੈਂਟ ਜਿੱਤਿਆ ਹੈ, ਕੋਈ ਖਾਲਾ ਜੀ ਦਾ ਵਾੜਾ ਨਹੀਂ, 1 ਲੱਖ ਵਾਲਾ ਕੱਪ ਜਿੱਤਣਾ ਜਿੱਤੇ। ਕਹਿੰਦੇ 95 ਦੇ ਨੇੜੇ ਨੇੜੇ ਟੀਮਾਂ ਖੇਡੀਆਂ ਸੀ ਤੇ 1 ਟੀਮ ਜੇਤੂ ਰਹੀ ਜਿਹਦਾ ਵੱਡਾ ਹਿੱਸਾ ਅਨਿਲ ਬਣਿਆ। ਮੇਰੇ ਮਿੱਤਰੋ ਬੜੀ ਚੜ੍ਹਾਈ ਹੈ ਮੁੰਡੇ ਦੀ ਖੇਡ ਦੇ। ਬਦਾਨਾ ਦਰ ਕਹਿੰਦੇ ਸਰਦਾਰੀ ਪੂਰੀ ਹੈ ਕਿ ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਉਹ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਉਹ ਟਿਕਟੋਂ ਬਗੈਰ ਨਾ ਸਫ਼ਰ ਕਰੀਏ, ਲੋਕੋ ਬਦਨਾਮੀ ਕੋਲੋਂ ਸਦਾ ਡਰੀਏ, ਡੂਬਣੇ ਮਖਿਆਲ ਕੋਲੋਂ ਜਾਈਏ ਦੂਰ ਦੀ, ਭੁੱਲ ਕੇ ਨਾ ਲੰਘੀਏ ਵੈਰੀ ਦੇ ਬੂਰ ਦੀ, ਉਹ ਫੁੱਲਾਂ ਵਾਲੀ ਵੇਲ ਨੂੰ ਜੜੋਂ ਨਾ ਪੱਟੀਏ, ਚੰਗੇ ਕੰਮ ਕਰੀਏ ਤੇ ਨੇਕੀ ਖੱਟੀਏ, ਚਾਹ ਤੇ ਸੇਵੀਆਂ ਕਦੇ ਨਾ ਠਾਰੀਏ, ਚੋਗਾ ਪਾ ਕੇ ਪੰਛੀ ਨੂੰ ਕਦੇ ਨਾ ਮਾਰੀਏ, ਉਹ ਦਾਤਣ ਤੇ ਕੁਰਲੇ ਦਾ ਨਾਗਾ ਪਾਈਏ ਨਾ, ਜੂਠ ਪਏ ਬਿਮਾਰ ਦੀ ਕਦੇ ਵੀ ਖਾਈਏ ਨਾ, ਬੀਜੀਏ ਨਾ ਪੈਲੀ ਕਦੇ ਪਿੰਡ ਰੁੱਤ ਦੇ, ਤੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ, ਉਹ ਘਰ ਦਾ ਨਾ ਭੇਤ ਜੱਗ ਜਾਹਰ ਕਰੀਏ, ਦੱਸੀਏ ਪਨੀਰ ਭਾਵੇਂ ਦਾਲ ਧਰੀਏ, ਔਲਾਦ ਦਾ ਮੇਰਾ ਨਾ ਕਦੇ ਦਈਏ ਬਾਝ ਨੂੰ, ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ, ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ। ਪਰ ਇੱਧਰ ਕੋਚ ਨੇ ਪੱਟੀ ਤੋੜੀ ਹੈ ਤੇ ਸਫਲਤਾ ਦਾ ਵਾਅਦਾ ਕਰ ਦਿੱਤਾ ਹੈ ਖੇਡ ਦੇ ਮੈਦਾਨ ਵਿੱਚ ਆਪਣੀ ਟੀਮ ਦੇ ਲਈ, ਤੇ ਬਾਲ ਆਊਟ ਆ ਕੋਚ ਹੋਏ। ਜੇ ਸਾਰੇ ਦਿਨ ਐਤਵਾਰ ਹੋਣ ਤੇ ਸਕੂਲ ਹੀ ਬੰਦ ਕਰਾ ਦੇ ਤੂੰ, ਤਾਂ ਸਾਰੇ ਦਿਨ ਐਤਵਾਰ ਨਹੀਂ ਹੁੰਦੇ। ਲੈ ਵੀ ਦੱਸ ਮਿੱਤਰਾ ਪੁਆਇੰਟ ਕਿੰਨੇ ਕਿੰਨੇ ਆ ਬਾਈ? 5-11 ਵਾਹ ਜੀ ਵਾਹ, 5 ਪੁਆਇੰਟ ਜਾਣੇ ਵਾਲੇ ਦੀ ਟੀਮ ਦੇ, ਤੇ 11 ਨੰਬਰ ਹੈ ਜਿਹੜੇ ਜੋਧਪੁਰੀਆਂ ਦੇ ਹੈ। ਲੈ ਵੀ ਪਰਮ ਉਹ ਕੈਮ ਹੋ ਜਾ, ਲੈ ਵੀ ਲਾਲੇ ਵਾਲੀ ਗਿੱਲੀ ਕੈਮ ਹੋ ਜਾਂਦੇ ਸਿਪਾਹੀ ਦੀ, ਸਿਆਣੇ ਕਹਿੰਦੇ ਸੀਟੀ ਹੋਈ ਸਹੀ, ਉਹ ਗੀਜਰ ਹੈ ਭਾਵੇਂ ਹਾਰ ਵੀ ਜਾ, ਤੇ ਸਾਰਾ ਸਿਆਲ ਥਰਾ ਜਿਹੜੀ ਖੁਸ਼ਬੀਰ ਉਹਨਾਂ ਨੂੰ ਮੰਗੋ, ਉਹਨਾਂ ਨੂੰ ਦਵਾਵਾਂ ਹੀ ਦੇਈ ਜਾਏਗਾ ਕਿ ਬੱਲੇ ਬੱਲੇ ਕਰਵਾਤੀ ਸਾਡੇ ਭਰਾਵਾਂ ਨੇ, ਗੀਜਰ ਰੱਖਿਆ ਸੀ ਉਹ। ਵਾਹ ਓਏ ਮੁੰਡਿਆ ਵਾਹ ਓਏ ਮੁੰਡਿਆ, ਕਮਾਲ ਕਮਾਲ ਸਵਾਦ। ਕਹਿੰਦੇ ਵਾਲੀਬਾਲ ਦਾ ਵੱਖਰਾ ਹੀ ਹੈ ਨਜ਼ਾਰਾ, ਕਹਿੰਦੇ ਵੱਖਰਾ ਵਾਲੀਬਾਲ ਦੀ ਦੁਨੀਆ ਦਾ, ਕਿ ਗਿੱਲੀ ਦੀ ਖੇਡ ਤੂਫਾਨੀ ਹੈ, ਅਨਿਲ ਦੇ ਫੈਨ ਲੱਖਾਂ, ਨਾਗਰੇ ਵਾਲਾ ਉੱਡਦਾ ਗਰਾਊਂਡ ਦੇ ਵਿੱਚ, ਦਿਲ ਕਰਦਾ ਇਹ ਤੱਕਦੀਆਂ ਰਹਿਣ ਅੱਖਾਂ, ਲਾਡੀ ਜੱਸਾ ਤੇ ਜੌਂਟੀ ਸਟਾਰ ਬਣ ਗਏ ਐਂਡ, ਕਹਿੰਦੇ ਹੱਥੀ ਕਰਦਾ ਇਹ ਸ਼ਾਮਾ ਯਾਰ ਜੈਪਰ ਤੇ ਕੋਚ, ਗਗਨ ਦੀਆਂ ਗੱਲਾਂ ਤੇ ਬਾਤਾਂ ਬੜੀ ਕਹਿੰਦੇ ਚੜ੍ਹਾਈ ਹੈ ਮੇਰੇ ਮਿੱਤਰੋ, ਵਾਲੀਬਾਲ ਦੇ ਸਟਾਰ ਬਣ ਗਏ ਹੈ ਅੱਜ ਕੱਲ੍ਹ, ਕਹਿੰਦੇ ਸਿੱਕਾ ਪੂਰੀ ਦੁਨੀਆ ਵਾਹ ਹੋਏ ਨਾਗਰੇ ਵਾਲਾ, ਆਹ ਜਾਦੂਗਰ ਹੈ ਇਹ ਵਾਕਈ ਜਾਦੂਗਰ, ਤੇ ਨੰਬਰ ਦਾ ਵਾਧਾ ਆਪਣੀ ਟੀਮ ਦੱਸੇ ਕਰ ਗਿਆ ਹੈ ਕਿ ਦਿੱਤੀ ਗਿੱਦੜੀ ਜਨਮ ਸਦਾ ਗਿੱਦੜਾਂ ਨੂੰ, ਉਹ ਕਰ ਸਕਦੀ ਸ਼ੇਰ ਨਹੀਂ ਹੈ ਸ਼ੇਰ ਪੈਦਾ, ਤੇ ਚੰਨ ਪੁੰਨਿਆਂ ਦਾ ਜੀ ਰਾਤ ਨੂੰ ਦਿਨ ਚਾੜੇ, ਉਹ ਕਰਦੀ ਮੱਸਿਆ ਹੈ ਸਦਾ ਹਨੇਰ ਪੈਦਾ, ਤੇ ਜਿਹੜੀ ਮਿੱਟੀ ਦੇ ਵਿੱਚ ਹੁੰਦੀ ਗਿੱਲ ਬਹੁਤੀ, ਉੱਥੇ ਹੁੰਦੀ ਹੈ ਫਸਲ ਢੇਰ ਪੈਦਾ, ਤੇ ਕੀਤੀ ਹੁੰਦੀ ਤਪੱਸਿਆ ਜਿਨ੍ਹਾਂ ਮਾਪਿਆਂ ਨੇ, ਹੁੰਦਾ ਉਹਨਾਂ ਦੇ ਘਰ ਉਹ ਪਲੇਰ ਪੈਦਾ, ਹੁੰਦੀ ਉਹਨਾਂ ਦੇ ਘਰ ਪਲੇਰ ਪੈਦਾ, ਲੋ ਇਹਨਾਂ ਦੇ ਮਾਂ ਪਿਓ ਨੇ ਤਪੱਸਿਆ ਕੀਤੀ ਹੈ ਤੇ ਮਿਹਨਤ ਕਹਿੰਦੇ ਰੰਗ ਲਈ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ, ਇਹਨਾਂ ਨੇ ਪਸੀਨਾ ਡੋਲਿਆ ਤੇ ਫੇਰ ਕਿਤੇ ਜਾ ਕੇ ਨਾਂ ਬਣਿਆ ਹੈ। ਉਹ ਲੈ ਵੀ ਗੁਰਜੀਤ ਹੋ ਤਗੜਾ ਖੇਡ ਗਰਾਊਂਡ ਦੇ ਵਿੱਚ, ਕਿ ਗੱਡੀਆਂ ਚ ਗੱਡੀਆਂ ਵੱਜੀਆਂ ਬਿੱਲੋ ਦੀ ਤੇਰੀ ਤੋਰ ਦੇ ਕੇ, ਪੁਆਇੰਟ ਕਹਿੰਦੇ ਕਾਫੀ ਹੋ ਚੁੱਕਿਆ। ਦੱਸੀ ਬਾਈ ਸ਼ੇਬੂ ਉਹਨੇ ਵੀ ਭੂਰੀ ਦੀ ਬੁੱਕਲ ਮਾਰ ਲਈ ਹੈ, ਬਾਈ ਸ਼ੇਬੂ ਲਾ ਦੇ ਭੂਰੀ ਆਪਣੇ, ਕੋਈ ਬਹੁਤੀ ਬਰਫ ਨਹੀਂ ਪੈਂਦੀ। ਦੱਸੀ ਪੁਆਇੰਟ ਕਿੰਨੇ ਕਿੰਨੇ ਹੋ ਗਿਆ? ਇਹ ਸੇਬੂ ਨੂੰ ਪੁੱਛ ਕੇ ਦੇਖ ਵਿਚਾਰੇ ਨੂੰ, ਹੁਣ ਕੈਮਣ ਝੜਦੀ ਹੈ ਅੱਖ ਵਿੱਚ ਪੈ ਜੇ, ਬੜਾ ਵਾਲ ਤੰਗ ਕਰਦਾ ਯਾਰ ਵੇਲੇ, ਰੂਹ ਦਾ ਕੰਗਾਲ ਤੰਗ ਕਰਦਾ, ਬੈਂਕਾਂ ਦਾ ਵਿਆਜ ਕਈ ਸਾਲ ਤੰਗ ਕਰਦਾ, ਤੇ ਘੁੱਟੀ ਚਾਰੇ ਪਾਸਿਓਂ ਰਜਾਈ ਤਾਂ ਵੀ ਠੰਡ ਲੱਗੇ, ਛੜੇ ਬੰਦੇ ਨੂੰ ਹੀ ਮਿੱਤਰੋ ਸਿਆਲ ਤੰਗ ਕਰਦਾ, ਛੜੇ ਬੰਦੇ ਨੂੰ ਹੀ ਮਿੱਤਰੋ ਸਿਆਲ ਤੰਗ ਕਰਦਾ। ਚੱਲ ਠੰਡ ਤੇ ਆਪਾਂ ਬਣਦੇ ਹਾਂ, ਪਰ ਕੋਈ ਚੱਕਰ ਨਹੀਂ, ਪੁਆਇੰਟ ਸਾਡਾ ਵੀਰ ਮੇਰੇ ਖਿਆਲ 'ਚ ਨਾਰਾਜ਼ਗੀ ਪ੍ਰਗਟਾ ਗਿਆ, ਪੁਆਇੰਟ ਤੁਸੀਂ ਸੇਬੂ ਨਾ, ਸੇਬੂ ਨਹੀਂ ਨਾਰਾਜ਼ ਹੁੰਦਾ, ਜੱਗ ਭਾਵੇਂ ਸਾਰਾ ਰੁੱਸ ਗਈ ਪਰ ਸੇਬੂ ਤਾਂ ਸੇਬੂ ਹੀ ਹੈ। ਲੈ ਵੀ ਦੱਸ ਮਿੱਤਰ, ਤੇ ਵਾਸ਼ਿੰਗ ਮਸ਼ੀਨ ਵੀ ਮਿਲੀ ਹੈ,
ਆਪੇ ਹੀ ਕੱਪੜੇ ਧੋਊ ਤੇ ਆਪੇ ਹੀ ਸਕਾਊ ਕਹਿਣ ਕਹਿੰਦੇ ਨਜ਼ਾਰਾ ਹੀ ਆਈ ਜਾਣਾ ਸੱਚੇ ਪਾਤਸ਼ਾਹ ਦੀ ਕਿਰਪਾ ਯਾਰੀ ਦੋਸਤੀ ਹੈ ਲੈ ਵੀ ਦੱਸ ਵੀ ਪੁਆਇੰਟ ਵਾਲਿਆ ਦੋ ਨੰਬਰ ਦੇ ਪੁਆਇੰਟ ਸੱਤ ਤੇ ਬਾਰਾਂ ਪੰਜ ਪੁਆਇੰਟ ਦਾ ਉਹੀ ਫਰਕ ਤੇ ਬਾਲ ਦੇਖੋ ਸਾਹਮਣੇ ਆਊਟ ਹੈ जितना है जे जोधपुर की टीम जित गई फाइनल पहुंच गई तो फिर कहते उ गल बन जानी है क्योंकि पिछले एक दो टूरनामेंटा बरियेवाल से ही टीम का फाइनल लगा है दिलशाद को पता कि किहड़ी टीम ने किन्ने फाइनल जितते है भी तलवंडी वाला करी भी गल इन्हों का फाइनल नहीं लगे कासू बेगू वालिया उदू पहला जेडे दो मैच हो चुके हैं एक टीम जीती है नबोल के टूरनामेंट से जी बइयेवाल की टीम जीतू रही है तो फिर जरगड़ी के इन टीमों का मैच होया तो उत्थे जी टीम जोधपुर की जीतू रही है तो अज तीजा मैच है तो देखांगे फाइनल दे विच पटाके पैने जेकर टीम जोधपुर की जितती है बड़ा वधिया मैच दोनों टीमों के दरम्यान आप देख रहे हैं खेडिया जा रहा है पटाके पै रहे हैं खेड के ग्राउंड में खेड रहे हैं काके तो पेंदे आ पटाके बाकी चांगली वाले को पता है भी अज की सीजन के चांगली वाले दो ही मैच लगे है तो फिर तीजे मैच की मेरे ख्याल तैयारी है मैं भी चैने वाली हो जाओ तगड़े अज गिद्दी ने उधारा मंगया है गिद्दी चोर कोई नंबर मधे क्या वेला चेते करना है वह मुंडे ने टप्पे ही पवाए कासू बेगू वाले प्रबंधकी कमेटी ने खड़ाया तो मुंडे के मान सम्मान भी किए हैं जिन्हिया कबाना उत्थे हथ लाए तो उन्दिया कबाना गभरू ने स्कोर दिते तो अज मोगे जिले को चेते करना पैना है तगड़ा मैच दोनों टीमों के दरम्यान से गीजर के फैसले होने हैं कि फैसले अधूरे वह जितते ना रहे तगड़ा मैच मित्रों पटाके पैणगे कदे मारते नहीं डंग गणोए जा बड़प बई तो नित्र नागा चुखड़पे सप बई लगे आने वाला योदा सच कह गया अज देखांगे थराज वाली का कप कौन लै गया है किसे कपां दे फैसले उत्थे एलईडियां ते गीजरां दे भी फैसले होने हैं चोटी के मुकाबले खेडे जा रहे हैं तो फाइनल के बइयेवाल की टीम पुज गई है मारते पट्टा की थापियां कहते आ जाओ वे आ जाओ देवे बाजरा बल के इधर किन्नी मेरे ख्याल एक होर गलती कर गया है दसी भी पॉइंटा वाले कितने जे कश्मीर किन्ने किन्ने हो गए पॉइंट तेरह से सत्त का मुकाबला तेरह पॉइंट जेडे हरियाणे की टीम दे सत्त नंबर कहते गिन्नी उन्हां दी टीम दे चेन्नई वाले की टीम दे चले हरियाणे नाल रौला थोड़े शहर का खतरे का घुगू है चौदह सत्त हो गए जी चौदह जोधपुर जाट सत्त चैने वाल चौदह सत्त जेडी कुड़ियां दी जन्नत सदाउंदी जे ऐना मान चंडीगढ़ ते लहंगे लैण लुधियाणे कातों आउंदी जे ऐना मान चंडीगढ़ ते और दिल्ली दुध पीती जड़ा ला के मलाई नी वेरका दी डेयरी ओ भी जट्टा ने बनाई नी ते पत्थरां नू पी के विच पा लिया कर ओ साडे आलू क्यों समोसियां च पाउंदी जे इन्ना माण चंडीगढ़ ते ओ बुड्ढा गबरू पंजाबी कातों चाहुंदी जे इन्ना माण चंडीगढ़ ते राजवीर जवंदे दा ओ पिंड है जिहड़े पिंड विच सब तो वध आलूआं दी काश्त हुंदी है पूना पिंड ते जिला लुधियाणा मेरे मित्रों जिहड़े जिले च 956 दे नेड़े पिंड है राजवीर जवंदे दा कहिंदे ओ पिंड बाल आउट ते नंबर वध गया टीम कहते हरियाणे की 1 नवंबर 1966 का वेला जो कहते पंजाब नूं हरियाणे नालों वड अख वड कर दिता गया वड कर दिती गई एंड कहते सिर दे तां 17 दा वीरे गुरमीत सिंह 17 दा वीरे 15 हो गए जोधपुर विच 15-7 मैं पंजाब पराणे नूं नक्शे दे विच वेख रो पिया मैं पंजाब पराणे नूं उधर साडा वीर आख रिहा है गोरे ते सीओ वल्लियों वड्डा माण ते सन्मान साडे वीर दीप दा 5 फुट्टे कप दे नाल आउण वाले टूरनामेंट ते कीता जावेगा आपां मुबारकबाद देवांगे साडे वीर नूं इहदा माण ते सन्मान 5 फुट्टे कप दे नाल कीता जावेगा लो वधिया मैच देखांगे किन्नी नंबर दा वाधा जोड़दा है ते जां फिर हुण कोई हरप्रीत घेरे गाउंदी जांदी बाल ओह गल्लां बातां टिकाणे लगणियां है
ਟੁੱਟੀ ਦਾ ਮੁਕਾਬਲਾ ਖੇਡਦੇ ਗਰਾਊਂਡ ਵਿੱਚ ਖੇਡਿਆ ਜਾ ਰਿਹਾ। ਦੇਖੋ ਸਾਹਮਣੇ ਉਧਰ ਕੋਚ ਵਰਗੇ ਕਹਿੰਦੇ ਫਾਈਨਲ ਹੀ ਖੇਡਣਾ ਹੈ, ਆਪਾਂ ਤਾਂ ਕਹਿੰਦੇ ਐਲਈਡੀਆਂ ਦੇ ਫੈਸਲੇ ਹੀ ਕਰਦੇ ਹਾਂ, ਤੇ ਮੁੰਡੇ ਕਹਿੰਦੇ ਨਾਲ ਦੇ ਵੀ ਫਿੱਟ ਹੋਏ ਫਿਰਦੇ ਆ ਪਵਨ ਵਰਗੇ, ਤੇ ਜਾਦੂਗਰ ਕਹਿੰਦੇ ਕਾਫੀ ਨੰਬਰ ਜੁੜ ਚੁੱਕਿਆ ਹੈ, ਇੱਕ ਫਰਕ ਵੀ ਵੱਡਾ ਹੈ ਪਰ ਹੋ ਕੁਝ ਵੀ ਸਕਦਾ ਹੈ। ਦੋਨੇ ਟੀਮਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਦੁਨੀਆਂ ਦੇ ਸਟਾਰ ਖਿਡਾਰੀ ਖੇਡ ਰਹੇ ਤੇ ਸੰਗਤ ਜੁੜੀ ਹੋਈ ਹੈ। ਅੱਜ ਕਹਿੰਦੇ ਵਾਲੀਬਾਲ ਦਾ ਮੇਲਾ ਭਰ ਜਾਵਣ ਤੇ ਯਾਰਾਂ ਦੋਸਤਾਂ ਦਾ ਮੇਲਾ ਹੈ, ਇਸ ਤੋਂ ਬਾਅਦ ਫਾਈਨਲ ਮੁਕਾਬਲਾ ਜਿਹੜੇ ਇਸ ਟੂਰਨਾਮੈਂਟ ਦਾ, ਤੇ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਇੱਕ ਸਾਲ ਤੇ ਜਾਣਗੀਆਂ। ਲੈ ਵੀ ਕਸ਼ਮੀਰ ਕਿੰਨੇ ਕਿੰਨੇ ਪਾਠ ਹੋ ਗਏ, 15-7 ਹੋ ਗਏ, ਲਓ 15-7। ਇੱਧਰ ਬਈਏ ਵਾਲ ਦਾ ਗਗਨ ਆਪਣੇ ਆਪ ਨੂੰ ਵਾਰਮ ਅਪ ਕਰਨ ਲੱਗ ਗਿਆ ਬਾਈ, ਜਦੋਂ ਵੀ ਲਾਈਵ ਆਪਣਾ ਕੱਟਿਆ ਗਿਆ 5 ਮਿੰਟ ਬਾਕੀ ਆਪਣੇ ਕੋਲੇ ਤਾਂ 5-7 ਸਕਿੰਟਾਂ ਦੀ ਚੱਲ ਪਊ ਆਪਣਾ ਲਾਈਵ ਜਦੋਂ ਵੀ ਕੱਟਿਆ ਗਿਆ, ਉਸ ਤੋਂ ਬਾਅਦ ਫਾਈਨਲ ਮੈਚ ਵੀ ਦਿਖਾਵਾਂਗੇ ਆਪਾਂ ਤੇ ਬੈਸਟ ਵੀ ਦੱਸਾਂਗੇ ਸੈਮੀ ਚੋਂ ਕੌਣ ਨਿਕਲੂਗਾ। ਦੇਖੋ ਸਾਹਮਣੇ ਉੱਡੂ ਉੱਡੂ ਕਰਦਾ ਸਰੀਰ ਖੇਡਦੇ ਮੈਦਾਨ ਦੇ ਵਿੱਚ, ਉੱਡੂ ਉੱਡੂ ਕਰਦੀ ਜਵਾਨੀ ਕਹਿੰਦੇ ਕੋਚ ਦੀ ਹੈ, ਪਰ ਦੇਖੋ ਇੱਧਰ ਅਨਿਲ ਤੋਂ ਪੁਆਇੰਟ ਕਹਿੰਦੇ ਮੁੰਡਾ ਲੈ ਗਿਆ ਆਪਣੀ ਟੀਮ ਦੇ ਲਈ। ਲੈ ਵੀ ਦੱਸੀ ਮਿੱਤਰਾ 8 ਹੋ ਗਏ ਤੇ ਇੱਧਰ 15 ਆਈ ਹੋਈ। ਨਹੀਂ ਨਹੀਂ ਵੀਰੇ, 4 ਮਿੰਟ ਹੀ ਆ, ਮਨਪ੍ਰੀਤ ਦੱਸਿਆ ਨਹੀਂ ਜਾਣਾ ਵੀਰੇ, ਜੇ ਕਮੇਟੀ ਨੇ ਰਾਏ ਵੀ ਕਰਨੀ ਹੈ ਨਾ, ਸਕੋਰ ਵੀ ਮਿਲਾਉਣੇ ਆ। ਗੇਮ ਪੁਆਇੰਟ ਹੋ ਗਿਆ ਬਾਈ, ਇਧਰ ਲਾਸਟ ਪੁਆਇੰਟ ਖੇਡ ਕੇ ਗੇਮ ਪੁਆਇੰਟ ਹੋ ਗਿਆ ਜੀ ਜੋਧਪੁਰ ਦਾ। ਬਸ ਸਿਟੀ ਮਾਰੀ ਆ ਤੇ 5 ਸਕਿੰਟਾਂ ਜੀ ਚੱਲ ਪੈਣਾ ਮਨਪ੍ਰੀਤ ਬਾਈ, 10 ਸਕਿੰਟ ਬੈਸਟਾਂ ਤੋਂ ਪਹਿਲਾਂ ਤੁਹਾਨੂੰ ਚਲਾ ਦੇਣਾ ਵੀਰੇ, ਸਕਦੇ ਆ ਖੇਡ ਦੇ ਮੈਦਾਨ ਦੇ ਵਿੱਚ ਬੈਸਟਾਂ ਤੋਂ ਪਹਿਲਾਂ ਲਾਈਵ ਤੁਹਾਡਾ ਚਲਾ ਦੇਣਾ ਭਰਾਵੋ। ਦੀ ਟੀਮ ਦਾ ਇਧਰ ਕੋਚ ਨੇ ਕਹਿੰਦੇ ਅੱਜ ਲਾਸਟ ਨੰਬਰ ਆ ਗਿਆ ਜੀ ਜੋਧਪੁਰ ਦਾ, ਪੂਰੀ ਬੱਲੇ ਬੱਲੇ ਕਰਵਾਈ ਆ, ਹੁਣ ਲਾਸਟ ਨੰਬਰ ਕੌਣ ਜੋੜਦਾ ਹੈ, ਨਾਗਰੇ ਵਾਲਾ ਪਿਰਥੀ ਦੇ ਜਾਂ ਫਿਰ ਕੋਚ ਜੋਧਪੁਰੀ ਆ ਜਾਂ ਫਿਰ ਸੱਤਾ ਕੋਈ ਕਮਾਲ। ਲਓ ਜੀ ਜੋਧਪੁਰ ਜਿੱਤ ਗਈ ਵੀਰੇ, ਕੱਟ ਕੇ ਕਰਦੇ ਆ ਲਾਈਵ ਆਪਾਂ ਫਾਈਨਲ ਮੈਚ ਅੱਡ ਕਰਾਂਗੇ, ਬੈਸਟ ਵੀ ਦੱਸਾਂਗੇ ਕੌਣ ਆ ਵੀਰੇ, ਜੁੜਿਓ ਫਿਰ ਵੀਰੇ।